होशियारपुर दी आम आदमी पार्टी दे सीनियर आगू डॉक्टर अवजोत संदीप सैनी आदि आगुआ ने पार्टी दफ्तर विखे करवाई प्रेस कॉन्फ्रेंस नू संबोधित करदे कहा कि सच दी आवाज उठाउण वाले लोकां ते झूठे परचे दर्ज करके जनता दी आवाज नू दबाउण दी कोशिश कीती जा रही है जो कि कदे भी कामयाब नहीं होएगी। उन्हें कहा कि एक सांसद मैंबर भी अपने हल्के दे समूचे विकास अते लोड़ां दी पूर्ति लई पूरा जिम्मेदार है। ਗੱਲ ਸਾਰਿਆਂ ਦਾ ਤੁਹਾਡਾ ਧੰਨਵਾਦ ਪੱਤਰਕਾਰ ਵੀਰਾਂ ਦਾ ਜਿਹੜਾ ਕਿ ਤੁਸੀਂ ਸਾਡੇ ਛੋਟੇ ਸਾਦੇ ਦੇ ਤੁਸੀਂ ਅੱਜ ਪਹੁੰਚੇ ਹੋ ਪ੍ਰੈਸ ਕਾਨਫਰੰਸ ਲਈ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਕੁਝ ਦਿਨ ਪਹਿਲਾਂ ਸਾਡੇ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ ਯੂਨਿਟ ਦੇ ਸੰਦੀਪ ਸੈਣੀ ਜੀ ਨੇ ਹੁਸ਼ਿਆਰਪੁਰ ਦੀ ਜਨਤਾ ਦੀ ਖਾਤਰ, ਹੁਸ਼ਿਆਰਪੁਰ ਦੇ ਲੋਕਾਂ ਦੀ ਖਾਤਰ, ਆਮ ਬੰਦਿਆਂ ਦੀ ਖਾਤਰ ਜਿਹੜੀ ਆਵਾਜ਼ ਚੱਕੀ ਸੀਗੀ ਕਰੋਨਾ ਦੇ ਮਹਾਂਮਾਰੀ ਦੇ ਜੋ ਨੁਕਸਾਨ ਹੋ ਰਿਹਾ, ਜੋ ਇੱਕ ਗਰੀਬ ਮਾਰ ਹੋ ਰਹੀ ਆ, ਜਿਹੜੀ ਆਵਾਜ਼ ਪਹੁੰਚਾਉਣੀ ਸੀ ਅਸੀਂ ਸੋਮ ਪ੍ਰਕਾਸ਼ ਜੀ ਕੋ, ਜਿਹੜੇ ਸਾਡੇ ਆਦਰਨੀਏ ਮਾਣਯੋਗ ਐਮ ਪੀ ਸਾਹਿਬ ਨੇ, ਪਰ ਜੋ ਸਾਨੂੰ ਰਿਜ਼ਲਟ ਮਿਲਿਆ ਉਹਦਾ, ਜੋ ਸਾਨੂੰ ਇਨਾਮ ਮਿਲਿਆ ਸੰਦੀਪ ਸੈਣੀ ਜੀ ਨੂੰ ਅਤੇ ਉਹਨਾਂ ਦੇ ਸਾਥੀਆਂ ਉੱਤੇ ਅਤੇ ਉਹਨਾਂ ਉੱਤੇ ਪਰਚਾ ਦਰਜ ਕਰਵਾਇਆ ਗਿਆ, ਮੈਂ ਸਮਝਦਾ ਕਿ ਬੜੀ ਇਹ ਮੰਦਭਾਗੀ ਘਟਨਾ ਹੈਗੀ ਆ। ਇਹੋ ਜਿਹੇ ਸੂਝਵਾਨ ਇੱਕ ਆਈ ਐੱਸ ਔਫਿਸਰ ਰਿਟਾਇਰਡ ਪਰਸਨ ਜੋ ਕਿ ਪੂਰੇ ਹੁਸ਼ਿਆਰਪੁਰ ਦੇ ਉਹ ਨੁਮਾਇੰਦੇ ਨੇ, ਚਾਹੇ ਅਸੀਂ ਉਹਨਾਂ ਨੂੰ ਚੁਣਿਆ, ਵੋਟਾਂ ਪਾਈਆਂ ਨਹੀਂ ਪਾਈਆਂ, ਪਰ ਉਹ ਸਾਡੇ ਵੀ ਐਮ ਪੀ ਨੇ, ਸੰਦੀਪ ਜੀ ਦੇ ਵੀ ਐਮ ਪੀ ਨੇ, ਪਾਵਰਾ ਜੀ ਦੇ ਵੀ ਐਮ ਪੀ ਨੇ, ਤੁਹਾਡੇ ਵੀ ਐਮ ਪੀ ਨੇ, ਸਾਰਿਆਂ ਦੇ ਐਮ ਪੀ ਨੇ, ਪਰ ਜਿਹੋ ਜਿਹੇ ਉਹ ਬਿਆਨ ਦੇ ਰਹੇ ਨੇ ਕਿ ਮੈਨੂੰ ਇਹਨਾਂ ਲੋਕਾਂ ਨੇ ਵੋਟਾਂ ਨਹੀਂ ਪਾਈਆਂ, ਇਹਨਾਂ ਨਾਲ ਮੈਂ ਕੋਈ ਗੱਲਬਾਤ ਨਹੀਂ ਕਰਨੀ, ਇਹਨਾਂ ਦੀ ਮੈਂ ਕੋਈ ਗੱਲਬਾਤ ਨਹੀਂ ਸੁਣਨੀ, ਮੈਂ ਤੁਹਾਡੇ ਜ਼ਰੀਏ ਉਹਨਾਂ ਕੋਲ ਅਸੀਂ ਆਵਾਜ਼ ਪਹੁੰਚਾਉਣਾ ਚਾਹੁੰਦੇ ਹਾਂ ਕਿ ਜ਼ਰੂਰ ਇਹ ਆਪਣੇ ਮਨ 'ਚੋਂ ਵਹਿਮ ਕੱਢ ਦੇਣ ਕਿ ਇਕੱਲੇ ਸਿਰਫ ਬੀ ਜੇ ਪੀ ਦੇ ਐਮ ਪੀ ਨੇ, ਉਹ ਪੂਰੇ ਹੁਸ਼ਿਆਰਪੁਰ ਦੇ 9 ਹਲਕਿਆਂ ਦੇ ਐਮ ਪੀ ਨੇ, ਅਤੇ ਅਸੀਂ ਗੁਜ਼ਾਰਿਸ਼ ਕਰਦੇ ਹਾਂ ਕਿ ਉਹ ਜ਼ਰੂਰ ਆਪਣੇ ਘਰ 'ਚੋਂ ਬਾਹਰ ਪੈਰ ਪੱਟਣ, 9 ਹਲਕਿਆਂ 'ਚ ਜ਼ਰੂਰ ਕਿਤਨਾ ਕੁਛ ਨਾ ਕੁਛ ਸਮਾਂ ਗੁਜ਼ਾਰਨ, ਤਾਂ ਕਿ ਜੋ ਇਸ ਸਮੇਂ ਹੁਸ਼ਿਆਰਪੁਰ ਦੀ ਜਨਤਾ ਬੁਰਾ ਵਕਤ ਗੁਜ਼ਾਰ ਰਹੀ ਆ ਕਰੋਨਾ ਦੀ ਮਹਾਂਮਾਰੀ ਦੇ ਥੱਲੇ, ਅਤੇ ਉਹ ਉਹਨਾਂ ਦੀ ਆ ਕੇ ਬਾਂਹ ਫੜਨ ਅਤੇ ਉਹਨਾਂ ਦੀ ਖਬਰ ਲੈਣ। ਅਤੇ ਅਸੀਂ ਇਹ ਵੀ ਦੱਸਣਾ ਚਾਹੁੰਦੇ ਕਿ ਜਿਹੜੀ ਉਹਨਾਂ ਨੇ ਐੱਫ ਆਈ ਆਰ ਕਰਾਈ ਆ ਸਾਡੇ ਸਾਥੀਆਂ ਉੱਤੇ, ਇਹ ਜਿਹੜੀ ਬੀ ਜੇ ਪੀ ਇੱਕ ਡੰਡੇ ਦੀ ਰਾਜਨੀਤੀ, ਜ਼ੋਰ ਦੀ ਰਾਜਨੀਤੀ ਕਰ ਰਹੀ ਆ, ਇਹ ਬਿਲਕੁਲ ਬਰਦਾਸ਼ਤ ਨਹੀਂ ਹੋਣੀ। ਕਿਸੇ ਦੀ ਗਰੀਬ ਦੀ ਆਵਾਜ਼ ਚੁੱਕਣੀ, ਮੈਂ ਸਮਝਦਾ ਕਿ ਇਸ ਤੋਂ ਵੱਡੇ ਲੋਕਤੰਤਰ ਦੀ ਕੋਈ ਹੱਤਿਆ ਨਹੀਂ ਹੋ ਸਕਦੀ, ਅਤੇ ਅਸੀਂ ਇਹ ਜ਼ਰੂਰ ਦੱਸਣਾ ਚਾਹੁੰਦੇ, ਸੁਨੇਹਾ ਦੇਣਾ ਚਾਹੁੰਦੇ ਕਿ ਇਹੋ ਜਿਹੇ ਜੇ ਅੱਗੇ ਪਰਚੇ ਹੁੰਦੇ ਹਨ ਅਤੇ ਅਸੀਂ ਇਹਨਾਂ ਪਰਚਿਆਂ ਲਈ ਤਿਆਰ ਨੇ, ਅਸੀਂ ਇਹਨਾਂ ਪਰਚਿਆਂ ਤੋਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹੈਗੇ। ਅਤੇ ਬਾਕੀ ਜੋ ਅਸੀਂ SSP ਸਾਹਿਬ ਨੂੰ ਵੀ ਮਿਲੇ ਸੀਗੇ, ਆਪਾਂ ਸਾਡਾ ਡੈਲੀਗੇਸ਼ਨ ਮਿਲਿਆ ਸੀਗਾ ਇਸ ਰਿਗਾਰਡਿੰਗ, ਅਤੇ ਉਹਨਾਂ ਨੇ ਵੀ ਸਾਨੂੰ ਆਸ਼ਵਾਸਨ ਦਵਾਇਆ ਸੀਗਾ, ਅਤੇ ਅੱਗੇ ਜੋ ਵੀ ਸਾਡਾ ਪਲਾਨ ਹੋਊਗਾ ਤੁਹਾਨੂੰ ਸੰਦੀਪ ਜੀ ਵਿਸਥਾਰ ਨਾਲ ਦੱਸ ਦੇਣਗੇ ਅੱਗੇ ਅਸੀਂ ਕਿੱਦਾਂ ਚੱਲਣਾ ਜਾਂ ਕੀ ਕਰਨਾ ਅਤੇ ਉਹਨਾਂ ਦੀ ਕੀ ਰਣਨੀਤੀ ਹੈ ਜੀ। ਇਹ ਨੈਰੋ ਮਾਇੰਡਡਨੈਸ, ਛੋਟੀ ਸੋਚ, ਪੋਲੀਟੀਕਲ ਵੰਡੇਟਾ, ਰਾਜਨੀਤਿਕ ਤੌਰ 'ਤੇ ਸਭ ਕੁਛ ਹੋਇਆ ਹੈਗਾ। ਪਰ ਸੋਮ ਪ੍ਰਕਾਸ਼ ਜੀ ਕਹਿ ਰਹੇ ਕਿ ਮੈਂ ਤਾਂ ਸਿਰਫ ਕੰਪਲੇਂਟ ਕੀਤੀ, ਪਰਚਾ ਦਰਜ ਕਰਨ ਨੂੰ ਨਹੀਂ SSP ਨੂੰ ਕਿਉਂ ਕਰ ਦਿੱਤਾ ਜੀ, ਇਹ ਤਾਂ ਫਿਰ ਕੀ ਹੋਊ? ਤੁਸੀਂ ਜਾਣਦੇ ਹੋ ਭਲੀ ਭਾਂਤੀ ਪੰਜਾਬ ਵਿੱਚ ਕੋਈ ਵੀ ਪੁਲਿਸ ਅਫਸਰ ਕੋਈ ਕੰਪਲੇਂਟ ਜਾਂਦੀ ਹੈ, ਪਹਿਲੀ ਗੱਲ ਤਾਂ ਉਹ FIR ਕੋਈ ਪਰਚਾ ਕੰਪਲੇਂਟ ਹੀ ਨੋਟ ਕਰਦੇ, ਜੇ ਨੋਟ ਕਰਦੇ ਆ ਮਹੀਨੇ ਲੱਗ ਜਾਂਦੇ ਹੈਗੇ, ਹਫ਼ਤੇ ਹੀ ਲੱਗ ਜਾਂਦੇ ਹੈਗੇ, ਕੋਈ ਕੇਸ ਰਜਿਸਟਰ ਨਹੀਂ ਹੁੰਦਾ। ਪਰ ਜਿਹੜਾ ਰਾਤੋ ਰਾਤ ਕੁਛ ਘੱਟ ਸਮੇਂ ਵਿੱਚ ਹੋ ਗਿਆ, ਪੁਲਿਸ ਮੁਲਾਜ਼ਮ ਦੀ ਕੀ ਹਿੰਮਤ ਹੈਗੀ ਹੈ ਜਾਂ ਉਹਦੀ ਕੀ ਹੈਸੀਅਤ ਕੀ ਇੱਕਦਮ ਇਹ ਕਰੇ, ਪਰ ਇਹ ਸਭ ਕੁਛ ਉਹਨਾਂ ਦੇ MP ਸਾਹਿਬ ਦੇ ਕਹਿਣ 'ਤੇ, ਨਿਧਾਨ ਨਿਰਧਾਰਿਤ ਦੇ ਕਹਿਣ 'ਤੇ ਹੋਇਆ ਉਹਨਾਂ ਦੇ। ਦੇਸ਼ ਦੇ ਪ੍ਰਧਾਨ ਮੰਤਰੀ ਮਾਨਨੀ ਨਰਿੰਦਰ ਮੋਦੀ ਜੀ ਨੇ ਇੱਕ ਨਾਰਾ ਦਿੱਤਾ ਸੀ ਜਿਸ ਦਿਨ ਉਹਨਾਂ ਨੇ ਸਹੁੰ ਚੁੱਕੀ ਸੀ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ, ਕਿ ਸਬਕਾ ਸਾਥ ਸਬਕਾ ਵਿਕਾਸ। ਔਰ ਮਾਣਯੋਗ ਹੁਸ਼ਿਆਰਪੁਰ ਦੇ MP ਸੋਮ ਪ੍ਰਕਾਸ਼ ਜੀ ਨੇ ਆਪਣੇ ਪ੍ਰੈਸ ਵਾਰਤਾ ਦੇ ਵਿੱਚ ਇਹ ਗੱਲ ਕਹੀ ਹੈ ਕਿ ਜਿਹਨਾਂ ਲੋਕਾਂ 'ਤੇ ਮੈਂ FIR ਦਰਜ ਕਰਵਾਈ ਆ, ਨਾ ਮੇਰੇ ਵੋਟਰ ਆ, ਨਾ ਮੇਰੇ ਸਪੋਰਟਰ ਆ, ਨਾ ਉਹਨਾਂ ਨੇ ਕਦੀ ਮੈਨੂੰ ਮਿਲਣਾ, ਨਾ ਮੈਂ ਉਹਨਾਂ ਨੂੰ ਕਦੀ ਮਿਲਣਾ। ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵਾਂ, ਔਰ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਇਹ ਗੱਲ ਪਹੁੰਚਾਉਣੀ ਚਾਹੁੰਦਾ ਕਿ ਉਹਨਾਂ ਦੀ ਆਪਣੀ ਕੈਬਨਿਟ ਦੇ ਮੰਤਰੀ ਇਹ ਗੱਲ ਕਹਿ ਰਹੇ ਆ ਕਿ ਜਿਨ੍ਹਾਂ ਨੇ ਮੈਨੂੰ ਵੋਟਾਂ ਨਹੀਂ ਪਾਈਆਂ ਮੈਂ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ, ਔਰ ਜੇ ਉਹਨਾਂ ਦੇ ਖਿਲਾਫ਼ ਕੋਈ ਅੰਦੋਲਨ ਕਰੂਗਾ ਤਾਂ ਉਹ ਇਸੇ ਤਰ੍ਹਾਂ FIR ਦਾ ਸਹਾਰਾ ਲੈਣਗੇ, ਕਾਨੂੰਨ ਦਾ ਸਹਾਰਾ ਲੈਣਗੇ। ਪਰ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਕਿ ਅੰਦੋਲਨ ਕਰਨਾ, ਲੋਕਾਂ ਦੇ ਹੱਕ ਲਈ ਲੜਨਾ ਸਾਡਾ ਮੌਲਿਕ ਅਧਿਕਾਰ ਆ, ਔਰ ਅਸੀਂ ਕਿਸੇ ਵੀ ਤਰ੍ਹਾਂ ਦੇ
दबाव के थले नहीं आवांगे और लोगों के हक के सच की गल करते रहांगे। और नाल ही नाल क्योंकि एक साल हो चला मानयोग सोम प्रकाश जी मैंबर पार्लीमेंट बनिया और कैबिनेट राज्य मंत्री ने हो और मैं ये भी पूछना चाहुंदा वा कि एक साल के दौरान उन्होंने होशियारपुर वास्ते जां पंजाब वास्ते अज तक किहड़े केंद्र सरकार तों किहड़ा पैकेज लैके आंदा। पंजाब दी ना गल करिए होशियारपुर ते आ जाइए तो मैनूं लगदा एक साल चों अपना सरकारी दौरा दस दिन किन्नी वारी आए आ ये भी लोग आर टी आई दौरा कढ़ा सकते आ जे कढ़ाउण ते आ जाण तां, क्योंकि आवाम सब कुछ जानदी आ। आवाम महामारी दे इस दौर जिहड़ा चल रहा उस दुखी आ, आवाम दे कारोबार ठप हो चुके ने। होशियारपुर कंढी एरिया वा, लोगों का हालात बद तो बदतर हो चले ने और लोग आस करते हैं कि जिन्हां लोगों ने असीं चुन के भेजा वा लोग सभा दे विच जां विधानसभा दे विच उह लोगों की सार लैण। और सब तो ज़्यादा खुशकिस्मती होशियारपुर की मैं कह सकता कि अगर मैं पिछली तीन टर्मां की गल करा तो जिहड़े तीनों टर्मां दे विच एम पी रहे ने, इत्थों मैंबर लोग सभा रहे ने, उन्हें मौजूदा सरकारां दे विच हिस्सेदार रहे ने, चाहे वह उदा उन्हों का कुछ भी रहा हो। पर दुर्भाग्य होशियारपुर का यह है जो होशियारपुर की जनता का दुर्भाग्य यह आ कि जिन्हें भी एम पी तीन रहे हैं उन्होंने वालों होशियारपुर में कोई बहुत वधिया कोई आर्थिक तौर पर या समाजिक तौर पर या सरकारी तौर पर कोई सहायता नहीं दी गई। सो मैं ये गल तुहाडे माध्यम राही मानयोग सोम प्रकाश जी कहना चाहुंदा कि वो साडे एम पी आ, साडे मैंबर पार्लीमेंट ने, साडे कैबिनेट मिनिस्टर ने, क्योंकि सब तो पहला असं भारत वासी हाँ और राजनीतिक का सौसा तो साड़ी सोच वक्री वक्री होवे, पर जो कोई सरकार लोग चुन के भेजते हैं तो सारे देश की सरकार आ। और मैं नरेंद्र मोदी जी ये जरूर पूछना चाहुंदा कि अपने कैबिनेट मंत्री साहब को बुला के पूछन कि 35% लोगों ने जो वोटा पा के उन्होंने सरकार देश लियांदी आ, इहदा मतलब जिन्हां लोगों ने उन्होंने वोटा नहीं पाईआं जां 65% लोगों ने उन्होंने लगभग वोटा नहीं पाईआं वो देश द्रोही हो गए जां उन्होंने देश के इन्हां दी कुंभकर्णी नींद नूं जगाउण दे लई उन्हां कोल कोई उपराला है नहीं जां इन्होंने उन्होंने गल ही नहीं सुननी। पर मैं अपने एम पी साहब तो यह मंग करना होशियारपुर वास्ते कि होशियारपुर की धरती वास्ते कोई आर्थिक पैकेज लैके आन, होशियारपुर के लघु उद्योगों को बचाने लिए उपराला कर। अगर वो ये उपराला करते आ तो मैं नंगे पैरी जाके उन्होंने स्वागत करूँगा उन्होंने घर के बच्चे जाके, क्योंकि वो रिस्पैक्टेड पोस्ट पर बैठे ने और असं आस करते हैं कि साडे देश में एक चंगे सियासतदान मिलन ताकि आम लोगों की आवाम दुख दर्द दूर हो सके। परचे जिहड़े लोगों के हक वास्ते लड़ रहे हैं जिहड़े सिपा सलाई कह लो सिपा सलार कह लो या कार्यकर्ता कह लो, परचे हुणे ये जिहड़े एक नवीं राजनीति जिहड़ी सोम प्रकाश जी ने शुरू की है हिंदुस्तान के इतिहास में बड़ी मंदभागी है। परचे कानून के मुताबिक अगर गल देखी जाए तो परचा साढ़े तो बनता ही नहीं, क्योंकि सोम प्रकाश जी ने जिला प्रशासन को अपना डीओ लैटर जारी करके आदेश दिता कि इन्होंने परचा दर्ज करो। इस तरह के अंदोलन तो कई जगह हुए पंजाब च और तुहानूं मैं जानकारी लिया दवां कि महाराष्ट्र एक्स चीफ मिनिस्टर फर्नांडिस साहब जिहड़े ने उन्होंने इसी तरह का सेम अंदोलन महाराष्ट्र सरकार के खिलाफ किया, ये चंद दिन पुरानी गल आ। और इन्हां दी अपनी स्टेटां दे विच जां इन्हां दे अपने जिहड़े दिल्ली दे अगर दिल्ली दे देखा जाए तो इन्हां दे लोग साडी सरकार दे खिलाफ 50 जगह अंदोलन करते हैं। साडे चीफ मानयोग चीफ मिनिस्टर अरविंद केजरीवाल जी उत्ते कई बार जानलेवा हमला होए आ, पर फिर भी उन्होंने उन्हां इंसानां नूं माफ़ किया। ये सियासतदानां दी क्वालिटी हुंदी है और सियासतदान दा जिहड़ा किरदार जिस पोस्ट ते बैठे ने अपना दिल वड्डा रखण और लोगों के सच का सामना करना सीखण। गुरदीप सिंह दी रिपोर्ट, लाइव भारत। शंकर मालीराम केडिया जी ने और विक्की फ्लो की पूरी टीम ने इनिशिएटिव लिया है।